ਅੱਜ ਦੀ ਪ੍ਰੈਸ ਕਾਨਫਰੰਸ ਇਸ ਦੇ ਰਿਗਾਰਡਿੰਗ ਹੈ। ਅੱਜ ਮੋਹਾਲੀ ਪੁਲਿਸ ਨੇ ਅੱਜ ਇੱਕ ਮੋਡਿਊਲ ਜਿਹੜਾ ਹੈਗਾ ਉਹ ਬਰਸਟ ਕੀਤਾ, ਜਿਹੜਾ ਕਿ ਟਾਰਗੇਟ ਕਿਲਿੰਗ ਦੇ ਵਿੱਚ ਇਨਵੋਲਵ ਹੁੰਦਾ ਸੀ। ਇਹਦੇ ਵਿੱਚ ਦੋ ਬੰਦੇ ਸੀ ਗ੍ਰਿਫਤਾਰ ਕੀਤੇ, ਇੱਕ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਅਤੇ ਇੱਕ ਮਨਿੰਦਰ ਸਿੰਘ ਉਰਫ ਬੌਬੀ। ਇਹਨਾਂ ਤੋਂ 90 ਜਿਹੜੇ ਲਾਈਵ ਰਾਊਂਡ ਹੈ 9 MM ਦੇ ਉਹ ਬਰਾਮਦ ਹੋਏ ਨੇ, 90 ਰਾਊਂਡ ਜਿਹੜੇ ਹੈਗੇ ਆ। ਅਤੇ ਇਹ ਜਿਹੜੇ ਹੈਗੇ ਆ ਇਹ 'ਚ ਮੇਨ ਜਿਹੜਾ ਇਹਦਾ ਦੋਸ਼ੀ ਆ ਉਹ ਮਨਿੰਦਰ ਸਿੰਘ ਉਰਫ ਬੌਬੀ ਹੈ, ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈ। ਇਹਦਾ ਸਾਥੀ ਜਿਹੜਾ ਮੋਹਿਤ ਕੁਮਾਰ ਹੈ ਇਹ ਉੱਥੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਖਰੜ ਦੇ ਵਿੱਚ PG ਦੇ ਵਿੱਚ ਰਹਿ ਰਿਹਾ ਸੀਗਾ। ਇਹ ਅੱਗੇ ਹਰਜੀਤ ਪੰਡਾਲ ਨਾਮ ਦੇ ਵਿਅਕਤੀ ਨਾਲ ਜੁੜੇ ਹੋਏ ਨੇ, ਜਿਹੜਾ ਕਿ ਇੰਗਲੈਂਡ ਰਹਿੰਦਾ ਹੈ। ਹਰਜੀਤ ਪੰਡਾਲ ਅੱਗੇ ਗੋਪੀ ਨਵਾਂ ਸ਼ਹਿਰ ਦਾ ਜਿਹੜਾ ਕਿ ਰਹਿਣ ਵਾਲਾ ਹੈ, ਜਿਹੜਾ ਕਿ USA ਦੇ ਵਿੱਚ ਫਿਲਹਾਲ ਰਹਿੰਦਾ ਹੈ, ਇਹ ਅੱਗੇ ਉਹਦੇ ਨਾਲ ਜੁੜੇ ਹੋਏ ਨੇ। ਅਤੇ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹ ਗੋਪੀ ਅਤੇ ਹਰਜੀਤ ਪੰਡਾਲ ਦੇ ਮੋਡਿਊਲ ਦਾ ਪਾਰਟ ਨੇ। ਇਹਨਾਂ ਦਾ ਜਿਹੜਾ ਮਕਸਦ ਇਹ ਸੀਗਾ ਕਿ ਇਹਨਾਂ ਨੇ ਕੁਝ ਟਾਰਗੇਟਸ ਜਿਹੜੇ ਸੀ ਆਈਡੈਂਟੀਫਾਈ ਕੀਤੇ ਹੋਏ ਸੀਗੇ ਹਰਜੀਤ ਪੰਡਾਲ ਅਤੇ ਗੋਪੀ ਨੇ, ਉਹਨਾਂ ਟਾਰਗੇਟਸ ਨੂੰ ਐਲੀਮੀਨੇਟ ਕਰਨ ਵਾਸਤੇ ਇਹਨਾਂ ਕੋਲ ਇਹ ਸਾਰਾ ਅਸਲਾ ਜਿਹੜਾ ਆਇਆ ਹੋਇਆ ਸੀਗਾ। ਇਹ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਥੇ ਲਾਂਡਰਾ ਰੋਡ ਦੇ ਕੋਲ ਕੋਈ ਅਨਨੋਨ ਬੰਦਾ ਇਹਨਾਂ ਨੂੰ ਬਾਹਰੋਂ ਕਹਿਣ ਦੇ ਮੁਤਾਬਕ ਇਹ ਇੱਕ ਜਗ੍ਹਾ 'ਤੇ ਅਨਆਈਡੈਂਟੀਫਾਈਡ ਜਗ੍ਹਾ 'ਤੇ ਰੱਖ ਗਿਆ ਸੀਗਾ, ਜਿੱਥੋਂ ਮੋਹਿਤ ਨੇ ਇਹ ਕਲੈਕਟ ਕਰਕੇ ਆਪਣੇ ਘਰ ਦੇ ਵਿੱਚ ਰੱਖ ਲਿਆ ਸੀਗਾ। ਇਹ ਸਾਰੀ ਜਿਹੜੀ ਚੀਜ਼ ਸੀ ਇਹ ਮਨਿੰਦਰ ਸਿੰਘ ਬੌਬੀ ਦੇ ਕਹਿਣ 'ਤੇ ਕੀਤੀ ਸੀ ਇਹਨੇ। ਅਤੇ ਇਹਨਾਂ ਦੇ ਨਾਲ ਦੋ ਵੈਪਨ ਵੀ ਜਿਹੜੇ ਸੀਗੇ ਬਾਹਰੋਂ ਭੇਜੇ ਗਏ ਸੀਗੇ। ਉਹ ਜਿਹੜੇ ਦੋ ਵੈਪਨ ਹੈ ਉਹ ਸਾਡੀ ਪੁੱਛਗਿੱਛ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਕਿਤੇ ਬਰਾਮਦ ਕਰ ਲਏ ਨੇ, ਜਿਹਦੀ ਡਿਟੇਲਸ ਅਸੀਂ ਇਹਨਾਂ ਤੋਂ ਲੈ ਰਹੇ ਹਾਂ। ਅਤੇ ਇਹਦੇ ਵਿੱਚ ਇਹਨਾਂ ਦੇ ਅਰੈਸਟ ਹੋਣ ਦੇ ਨਾਲ ਜਿਹੜੀ ਟਾਰਗੇਟ ਕਿਲਿੰਗ ਹੋਣੀ ਸੀਗੀ ਉੱਧਰ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ, ਉਹ ਜਿਹੜੀ ਹੈਗੀ ਹੈ ਪ੍ਰੀਵੈਂਟ ਹੋਈ ਹੈ। ਇਹ ਦੋਨੋਂ ਜਿਹੜੇ ਹੈ ਇਹਨਾਂ ਦਾ ਕ੍ਰਿਮੀਨਲ ਬੈਕਗਰਾਊਂਡ ਹੈ। ਇਹਨਾਂ ਦੋਨਾਂ ਦੇ ਉੱਤੇ ਜਿਵੇਂ ਜਿਹੜਾ ਮਨਿੰਦਰ ਸਿੰਘ ਉਰਫ ਬੌਬੀ ਹੈ ਇਹ 'ਤੇ 9 ਪਰਚੇ ਦਰਜ ਨੇ ਜੋ ਸਾਨੂੰ ਹਜੇ ਤੱਕ ਰਿਕਾਰਡ ਮੁਤਾਬਕ ਮਿਲੇ ਨੇ। ਇਹਨਾਂ ਦੇ ਵਿੱਚ ਐਕਸਟੋਰਸ਼ਨ ਦੇ ਪਰਚੇ, ਅਟੈਂਪਟ ਟੂ ਮਰਡਰ ਦੇ ਪਰਚੇ, ਆਰਮਜ਼ ਐਕਟ ਦੇ ਪਰਚੇ ਸ਼ਾਮਿਲ ਨੇ। ਜਿਹੜਾ ਮੋਹਿਤ ਕੁਮਾਰ ਹੈ ਉਹਦੇ ਉੱਤੇ ਵੀ ਲੜਾਈ ਝਗੜੇ ਦੇ ਅਤੇ ਇਸੇ ਤਰ੍ਹਾਂ ਦੇ ਐਕਸਟੋਰਸ਼ਨ ਦੇ ਕਾਫੀ ਪਰਚੇ ਜਿਹੜੇ ਦਰਜ ਨੇ। ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਛ ਆਇਆ ਕਿ ਕਿਸ ਤਰ੍ਹਾਂ ਇਹਨਾਂ ਦੇ ਪੂਰਾ ਮੋਡਸ ਆਪਰੈਂਡੀ ਕੀ ਸੀ, ਕਿਹੜੀ ਗੈਂਗ ਤੋਂ ਰਿਲੇਟਿਡ ਨੇ? ਇਹ ਜਿਵੇਂ ਮੈਂ ਦੱਸਿਆ ਇਹ ਜਿਹੜਾ ਗੋਪੀ ਨਵਾਂ ਸ਼ਹਿਰੀ ਹੈ ਇਹ ਉਸ ਗੈਂਗ ਨਾਲ ਰਿਲੇਟਿਡ ਨੇ, ਅਤੇ ਇਹ ਹਰਜੀਤ ਪੰਡਾਲ ਵੀ ਉਸੇ ਗੈਂਗ ਦਾ ਮੈਂਬਰ ਹੈ। ਦੋਨੋਂ ਬਾਹਰ ਵਿਅਕਤੀ ਬੈਠੇ ਨੇ, ਇਹਨਾਂ ਦੋਨਾਂ ਨੂੰ ਵੀ ਕੇਸ ਨੋਮੀਨੇਟ ਕੀਤਾ ਗਿਆ। ਇਨਵੋਲਵਮੈਂਟ ਵੀ ਹੈ ਕਿ ਕਿੰਨੇ ਦਿਨਾਂ ਤੋਂ ਰਹਿ ਰਹੇ ਸੀਗਾ ਖਰੜ ਦੇ ਵਿੱਚ? ਹੁਣ ਤੱਕ ਦੀ ਇਨਵੈਸਟੀਗੇਸ਼ਨ ਨਹੀਂ, ਇਹ ਇੱਕ PG 'ਚ ਰਹਿ ਰਹੇ ਸੀ, ਇਹਨੂੰ PG ਦਿੱਤਾ ਹੋਇਆ ਸੀ, ਉੱਥੇ ਰਹਿ ਰਹੇ ਸਨ। ਐਸ ਜੀ ਸਰ, ਇਹਦੇ ਵਿੱਚ ਕੀ ਐਕਸਟੋਰਸ਼ਨ ਦਾ ਹੀ ਮੇਨ ਕੌਜ਼ ਸੀਗਾ ਟਾਰਗੇਟ ਨੂੰ ਫਿਕਸ ਕਰਨ ਲਈ, ਕਿਉਂਕਿ ਅੱਗੇ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਇੱਦਾਂ ਦੇ ਕਾਲਸ ਹੋਏ ਨੇ ਕਿ ਬਾਹਰੋਂ ਉਹਨਾਂ ਨੂੰ ਫੋਨ ਆਉਂਦੇ ਸੀਗੇ ਪਰ ਕੁਰਗੇ ਇੱਥੇ ਕੰਮ ਕਰਦੇ ਸੀਗੇ, ਕੁਛ ਇੱਦਾਂ ਦੇ ਐਕਸਟੋਰਸ਼ਨ ਦਾ ਨਹੀਂ? ਇਹਨਾਂ ਦਾ ਐਕਸਟੋਰਸ਼ਨ ਦਾ ਨਹੀਂ, ਜਿਹੜਾ ਆਹ ਵਾਲੇ ਵੈਪਨ ਅਸਲਾ ਆਇਆ ਸੀ ਟਾਰਗੇਟ ਕਿਲਿੰਗ ਵਾਸਤੇ ਸੀਗਾ। ਨਾ, ਇਹਨਾਂ ਦੀ ਆਪਸੀ ਦੁਸ਼ਮਣੀ ਸੀਗੀ, ਇਹ ਅਸੀਂ ਜਾਣਬੁੱਝ ਕੇ ਹਜੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਰਹੇ ਨਾਮ ਜੀ ਦਾ ਟਾਰਗੇਟ ਕਿਲਿੰਗ ਦਾ ਸੀਗਾ, ਅਸੀਂ ਸੈਪਰੇਟਲੀ ਰਿਪੋਰਟਸ ਬਣਾ ਕੇ ਭੇਜਾਂਗੇ ਉਹਦੀਆਂ। ਇਹ 'ਚ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਤਹਿਤ ਇਹਨਾਂ ਨੇ ਕਿਸੇ ਬੰਦੇ ਨੂੰ ਟਾਰਗੇਟ ਕਰਨਾ ਸੀਗਾ। ਉਹ ਬੰਦਾ ਜਿਹੜਾ ਹੈਗਾ ਉਹ ਵੀ ਜਲੰਧਰ ਅਤੇ ਕਪੂਰਥਲਾ ਏਰੀਆ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਣਾ ਸੀ। ਹਾਂ ਹਾਂ, ਇਹ ਦੋਸਤ ਨੇ ਜਾਣਦੇ ਸੀ ਇਹਨਾਂ ਨੇ, ਬਲਕਿ ਜਿਹੜਾ ਮਨਿੰਦਰ ਹੈ ਉਸੇ ਨੇ ਮੋਹਿਤ ਨੂੰ ਡਿਪਿਊਟ ਕੀਤਾ ਸੀ ਅੱਗੇ ਇਹ ਅਸਲਾ ਕਲੈਕਟ ਕਰਕੇ ਆਪਦੇ ਕੋਲ ਰੱਖਣ ਲਈ। ਸਰ, ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੁਛ ਆਏ ਇਹ ਜਿਹੜਾ ਦੇਖ ਕੇ ਗਿਆ ਲਾਂਡਰਾ ਕੌਣ ਸੀ, ਕਿਸ ਤਰ੍ਹਾਂ? ਉਹ ਹਜੇ ਆਈਡੈਂਟੀਫਾਈਡ ਸਾਡਾ ਨਹੀਂ ਹੈਗਾ, ਉਹ ਸਾਡੀ ਇਨਵੈਸਟੀਗੇਸ਼ਨ ਜੋ ਜਾਰੀ ਰਹੇਗੀ। ਜਿਵੇਂ ਇਨਵੈਸਟੀਗੇਸ਼ਨ ਦੌਰਾਨ ਕੋਈ ਬੰਦਾ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ। ਅੰਮ੍ਰਿਤਸਰ ਪੁਲਿਸ ਨੇ ਅਸਲਾ ਫੜਿਆ ਉਹ ਅਲੱਗ ਜਗ੍ਹਾ ਤੇ ਰੱਖਿਆ ਸੀ ਇਹਨਾਂ ਨੇ, ਉੱਥੋਂ ਵੀ ਲੈ ਜਾਣਾ ਸੀ? ਉਹ ਸੈਪਰੇਟ ਜਗ੍ਹਾ ਤੇ ਸੀਗੇ ਤੇ ਇਹਨਾਂ ਦੇ ਸਾਥੀਆਂ ਨੇ ਹੀ ਉੱਥੇ ਜਿਹੜਾ ਸੀਗਾ ਉੱਥੇ ਰਖਵਾਇਆ ਸੀਗਾ, ਜਿਹੜੇ 12 ਬੰਦੇ ਬੈਠੇ ਉਹਨਾਂ ਦੇ ਸਾਥੀਆਂ ਨੇ।
ਉਹ ਅੰਮ੍ਰਿਤਸਰ ਪੁਲਿਸ ਨੇ ਰਿਕਵਰ ਕੀਤਾ, ਇਹ ਸਾਡੀ ਪੁੱਛਗਿੱਛ ਹੁਣ ਲੇਟੈਸਟ ਹੀ ਆਈ ਹੈ। ਹਜੇ ਅਸੀਂ ਅੰਮ੍ਰਿਤਸਰ ਪੁਲਿਸ ਨਾਲ ਟਾਈ ਅਪ ਕਰਕੇ, ਹਜੇ ਇਹ ਵੀ ਕਲੀਅਰ ਨਹੀਂ ਹੈ ਕਮਿਸ਼ਨਰੇਟ ਕਿਹਦੇ ਹੱਥੀ ਪੁਲਿਸ 'ਚੋਂ, ਉਹਨਾਂ ਨਾਲ ਟਾਈ ਅਪ ਕਰਕੇ ਜਿਹੜੇ ਵੈਪਨ ਰਿਕਵਰ ਹੋਏ ਫਿਰ ਇਹ ਜੁਆਇੰਟ ਇਨਵੈਸਟੀਗੇਸ਼ਨ ਜਿਹੜੀ ਇਹ 'ਚ ਹੋਈ। ਸਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਆਇਆ, ਪਹਿਲਾਂ ਕੋਈ ਆਈ ਹੈ, ਕੋਈ ਦੇਖ ਕੇ ਗਿਆ ਜਾਂ ਫਿਰ ਫਸਟ ਟਾਈਮ? ਇਹ ਬਾਈ ਚਾਂਸ, ਕਿਉਂਕਿ ਇੱਥੇ ਰਹਿ ਰਿਹਾ ਸੀਗਾ ਜਿਹੜਾ ਮੋਹਿਤ ਨਾਮ ਦਾ ਵਿਅਕਤੀ, ਇੱਥੇ ਰਹਿ ਰਹੇ ਸੀ। ਅਦਰਵਾਈਜ਼ ਇਹ ਸਾਰਾ ਜਲੰਧਰ ਅਤੇ ਸੁਲਤਾਨਪੁਰ ਲੋਧੀ ਏਰੀਆ ਦਾ ਹੀ ਮੈਟਰ ਹੈਗਾ। ਇਹ ਕਿਉਂਕਿ ਇੱਥੇ ਰਹਿ ਰਿਹਾ ਸੀਗਾ ਅਤੇ ਇੱਥੇ ਇਸ ਕਰਕੇ ਆ ਗਿਆ, ਅਤੇ ਸਾਨੂੰ ਇਨਫੋਰਮੇਸ਼ਨ ਆਈ ਕਿ ਇਨਫੋਰਮੇਸ਼ਨ ਦੇ ਇੱਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਅਸਲਾ ਆਇਆ ਹੋਇਆ, ਤਾਂ ਉਸ ਕਰਕੇ ਅਸੀਂ ਸਾਡੀ ਇੱਥੇ ਟੀਮ ਨੇ ਐਕਟੀਵੇਟ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚ ਇਹ ਵੀ ਕਲੀਅਰ ਹੋਇਆ ਵੀ ਇਹਨਾਂ ਦੋਨਾਂ 'ਚੋਂ ਕਿਸੇ ਨੇ ਉਹ ਟਾਰਗੇਟ ਕਿਲਿੰਗ ਕਰਨੀ ਸੀ ਜਾਂ ਕੋਈ ਅਲੱਗ ਤੋਂ ਬੰਦਾ ਉੱਥੇ ਡਿਬਿਊਟ ਕਿਆ? ਇਹ 'ਚ ਜਿਹੜਾ ਅਮਰਿੰਦਰ ਸਿੰਘ ਉਰਫ ਬੋਬੀ ਹੈ, ਅਤੇ ਇਹ ਟਾਰਗੇਟ ਕਿਲਿੰਗ ਵਾਸਤੇ ਡਿਬਿਊਟ ਹੋਣਾ ਸੀਗਾ। ਇਹਦੇ ਨਾਲ ਇੱਕ ਦੋ ਸਾਥੀ ਹੋਰ ਵੀ ਇਹਨਾਂ ਨੂੰ ਬਾਹਰੋਂ ਜਿਹੜੇ ਸੀ ਪ੍ਰੋਵਾਈਡ ਕਰਾਏ ਜਾਣੇ ਸੀ। ਬਾਹਰੋਂ ਬੰਦਿਆਂ ਨੇ ਪ੍ਰੋਵਾਈਡ ਕਰਾਇਆ। ਸਰ ਇਹ ਮੋਹਿਤ ਇੱਥੇ ਖਰੜ 'ਚ ਰਹਿ ਕੇ ਕੀ ਕਰਦਾ ਸੀ? ਕੋਈ ਸਟੂਡੈਂਟ ਹੈਗਾ ਜਾਂ ਕਿਤੇ ਪ੍ਰਾਈਵੇਟ ਜੋਬ ਕਰਦਾ ਸੀ? ਕਿੰਨੇ ਦਿਨਾਂ ਤੋਂ ਰਹਿ ਰਹੇ ਸੀ? ਪ੍ਰਾਈਵੇਟ ਮਾੜੀ ਮੋਟੀ ਪ੍ਰਾਈਵੇਟ ਜੋਬ ਕਰਦਾ ਸੀ ਕੁਛ ਖਾਸ। ਕਿੰਗ ਪਿੰਨ ਕੌਣ ਸੀ ਸਾਰੇ? ਇਹਦਾ ਕਿੰਗ ਪਿੰਨ ਜਿਹੜਾ ਹੈਗਾ ਉਹ ਦੋਨੋਂ ਬਾਹਰ ਬੈਠੇ ਨੇ, ਜਿਹੜਾ ਕਿ ਹਰਜੀਤ ਪੰਡਾਲ ਅਤੇ ਗੋਪੀ ਨਵਾਂਸ਼ਹਿਰੀ ਜਿਹੜੇ ਹੈ। ਪ੍ਰਾਇਮਰੀ ਇਨਵੈਸਟੀਗੇਸ਼ਨ ਮਤਲਬ ਕਿ ਅਸਲਾ ਜਿਹੜਾ ਹੈ ਕਿ ਇਹ ਇੰਡੀਆ ਤੋਂ ਹੀ ਇਹਨਾਂ ਨੂੰ ਪਹੁੰਚਿਆ ਕਿ ਮਤਲਬ ਬਾਰਡਰ ਕ੍ਰੋਸ ਬਾਰਡਰ ਵਿੱਚ ਹੈਗੀ ਹੈ? ਇਹ ਹਜੇ ਚੈੱਕ ਕਰਨਾ ਬਾਕੀ ਹੈ। ਇਹ ਵੈਸੇ ਜਿਹੜੇ 9 MM ਰਾਊਂਡਸ ਹੈ ਹਜੇ ਜਾਪਦੇ ਤਾਂ ਇੱਥੇ ਲੋਕਲ ਹੀ ਹੈ, ਪਰ ਇਹ ਸਾਰੀ ਚੀਜ਼ ਹਜੇ ਡਿਊਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਈ। ਸਰ ਨਵਾਂਸ਼ਹਿਰੀ ਦਾ ਨਾਮ ਕੋਈ ਗੈਂਗਸਟਰ, ਕੋਈ ਅੱਤਵਾਦੀ ਸੀ ਇਸ ਤਰ੍ਹਾਂ ਦਾ, ਕੋਈ ਉਸਦਾ ਕਤਲ ਦੀ ਜ਼ਿੰਮੇਵਾਰੀ ਵੀ ਲਈ ਸੀ? ਹਾਂਜੀ, ਜਿਹੜਾ ਇਹ ਨਵਾਂਸ਼ਹਿਰ ਦੇ ਵਿੱਚ ਰਤਨਦੀਪ ਸਿੰਘ ਕਤਲ ਕੇਸ ਹੋਇਆ ਸੀਗਾ, ਇਹ ਗੋਪੀ ਨਵਾਂਸ਼ਹਿਰ ਵਾਲਾ ਜਿਹੜਾ ਹੈ ਉਹਦੇ ਵਿੱਚ ਵੀ ਨੋਮੀਨੇਟਿਡ ਹੈ ਅਤੇ ਉਹਦੇ ਵਿੱਚ ਵੀ ਵਾਂਟਿਡ। ਸਰ ਇਹਦੇ ਵਿੱਚੋਂ ਇੱਕ ਚੀਜ਼ ਹੈ ਵੀ ਜਿਵੇਂ ਇਹ ਸ਼ੁਰੂ ਕਰ ਰਹੇ ਆਪਣਾ ਕੰਮ, ਇਹ ਜਿਹੜੇ ਵੱਡੇ ਗੈਂਗਸਟਰ ਨੇ ਉਹਨਾਂ ਵਾਂਗੂ ਇਹ ਬੰਨਣਾ ਚਾਹੁੰਦੇ ਜਾਂ ਕੋਈ ਹੋਰ ਮੈਟਰ ਹੈਗਾ? ਨਹੀਂ, ਗੈਂਗ ਦਾ ਪਾਰਟ ਨੇ ਅਤੇ ਆਲਰੇਡੀ ਹੌਲੀ ਹੌਲੀ ਫਿਰ ਗਰੋ ਕਰਕੇ ਬੰਨਣਾ ਚਾਹੁੰਦੇ ਨੇ, ਪਰ ਇਹ ਪਹਿਲਾਂ ਹੀ ਜਿਹੜਾ ਕਾਨੂੰਨ ਹੈ ਇਹਨਾਂ ਨੂੰ ਇਹਦੇ ਵਾਸਤੇ ਇਹਨਾਂ ਨੂੰ ਸਰ ਕੁਛ ਪਹਿਲੇ ਜਾਂ ਕਮਿਸ਼ਨ ਨੇ ਉਸ ਤਰ੍ਹਾਂ ਦੀ ਹੁਣ ਕੋਈ ਗੱਲ ਸਾਹਮਣੇ ਆਈ ਹੈ? ਹਾਂਜੀ, ਹੈ ਤਾਂ ਸਭ ਕੁਛ ਫੋਰ ਮਨੀ ਹੈ, ਉਹ ਐਗਜ਼ੈਕਟ ਜਿਹੜੀ ਹੈਗੀ ਹੈ ਉਹ ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦਾਂਗੇ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।